ਪੰਜਾਬੀ ਮਿਊਜ਼ਿਕ ਇੰਡਸਟਰੀ ਜਿੱਥੇ ਕਿ ਇੱਕ ਰੀਜਨਲ ਇੰਡਸਟਰੀ ਨਹੀਂ ਰਹੀ, ਇੱਕ ਗਲੋਬਲ ਇੰਡਸਟਰੀ ਬਣ ਚੁੱਕੀ ਹੈ, ਅਤੇ ਇਹਦੇ ਵਿੱਚ ਕਾਫੀ ਸਾਰੇ ਸਿੰਗਰਸ, ਕਾਫੀ ਸਾਰੇ ਮਿਊਜ਼ਿਕ ਡਾਇਰੈਕਟਰਸ ਦਾ ਹੱਥ ਹੈ, ਅਤੇ ਉਹਨਾਂ ਵਿੱਚੋਂ ਅੱਜ ਇੱਕ ਮਿਊਜ਼ਿਕ ਡਾਇਰੈਕਟਰ ਸਾਡੇ ਨਾਲ ਨੇ, ਬੀ ਪ੍ਰਾਗ ਜੀ। ਬੀ ਪ੍ਰਾਗ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀ ਵੀ 'ਤੇ। ਸਾਰੇ ਦਰਸ਼ਕਾਂ ਨੂੰ, ਮਤਲਬ ਸਾਰੇ ਦਰਸ਼ਕਾਂ, ਮਤਲਬ ਤੁਹਾਨੂੰ ਪਿਆਰ ਕਰਦੇ ਨੇ, ਸਰਾਹੁੰਦੇ ਨੇ, ਅਤੇ ਅੱਜ ਤੱਕ ਜਿੰਨੀ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਰੋਥ ਹੋ ਰਹੀ ਹੈ, ਠੀਕ ਹੈ ਜੀ, ਬਾਲੀਵੁੱਡ 'ਚ ਵੀ ਹੁਣ ਪੰਜਾਬੀ ਟਰੈਕਸ ਆ ਰਹੇ ਨੇ, ਉਹਦੇ ਬਾਰੇ ਤੁਸੀਂ ਕੀ ਕਹੋਗੇ ਸਰ? ਸਰ, ਬਹੁਤ ਵਧੀਆ ਗੱਲ ਹੈ, ਔਰ ਪੰਜਾਬੀ ਇੰਡਸਟਰੀ ਇੰਨੀ ਕੁ ਜ਼ਿਆਦਾ ਗਰੋ ਕਰ ਰਹੀ ਹੈ ਕਿ ਹਰ ਬਾਲੀਵੁੱਡ ਫਿਲਮ ਦੇ ਅੰਦਰ ਉਹਨਾਂ ਨੂੰ ਪੰਜਾਬੀ ਗਾਣਾ ਚਾਹੀਦਾ। ਸੋ ਇਸ ਤੋਂ ਵੱਡੀ ਗੱਲ, ਇਸ ਤੋਂ ਮਾਣ ਵਾਲੀ ਗੱਲ, ਇਸ ਤੋਂ ਵੱਡੀ ਗੱਲ ਕੀ ਹੋਏਗੀ ਸਾਡੇ ਸਾਰਿਆਂ ਲਈ, ਹੈ ਨਾ, ਕਿ ਪੰਜਾਬੀ ਇੰਡਸਟਰੀ ਇੰਨੀ ਕੁ ਜ਼ਿਆਦਾ ਗਰੋ ਕਰ ਰਹੀ ਹੈ। ਮੈਂ ਕਹਿੰਦਾ ਆਲ ਓਵਰ ਵਰਲਡ ਦੇ ਵਿੱਚ ਤੁਸੀਂ ਜਿੱਥੇ ਵੀ ਚਲੇ ਜਾਓ, ਤੁਹਾਨੂੰ ਕੋਈ ਵੀ ਜਿਹੜਾ ਮਿਊਜ਼ਿਕ ਨਚਾ ਸਕਦਾ ਹੋਇਆ ਪੰਜਾਬੀ ਮਿਊਜ਼ਿਕ, ਸੋ ਉਹ ਹਰ ਜਗ੍ਹਾ ਵੱਜ ਰਿਹਾ। ਅੱਜ ਮੈਂ ਕਈ ਸਾਡੇ ਆਪਣੇ ਗਾਣੇ ਵਿੱਚ, ਜਿੱਦਾਂ ਮੇਰਾ ਮਨ ਭਰਿਆ ਕਿਸਮਤ, ਮੈਂ ਸੁਣਿਆ, ਠੀਕ ਹੈ, ਕਿ ਬਾਲੀਵੁੱਡ ਦੇ ਸਟਾਰਸ ਆਪਣੀ ਗੱਡੀਆਂ 'ਚ ਲਾ ਕੇ ਘੁੰਮ ਰਹੇ ਨੇ। ਸੋ ਇਸ ਤੋਂ ਇਟਸ ਵੈਰੀ ਗੁੱਡ ਥਿੰਗ, ਸੋ ਪੰਜਾਬੀ ਇੰਡਸਟਰੀ ਇਜ਼ ਗਰੋਇੰਗ ਵੈਰੀ ਮੱਚ। ਸਰ, ਆਪਾਂ ਵੇਖਿਆ ਕਿ ਮਤਲਬ ਇੰਡਸਟਰੀ ਇੰਨਾ ਗਰੋ ਕਰ ਚੁੱਕੀ ਹੈ ਜਿਹਨੂੰ ਨਹੀਂ ਵੀ ਸਮਝ ਆਉਂਦੇ, ਮਤਲਬ ਸਾਊਥ ਇੰਡੀਅਨ ਲੋਕ ਵੀ ਜੇ ਹੈਗੇ ਉਹ ਵੀ ਮਤਲਬ ਸਮਝਣਗੇ ਨਹੀਂ, ਲੇਕਿਨ ਨੱਚਣਗੇ ਪੰਜਾਬੀ ਗਾਣਿਆਂ 'ਤੇ। ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਮੈਨੂੰ ਗੁਜਰਾਤ ਤੋਂ ਔਰ ਕੋਲਕਾਤਾ ਤੋਂ, ਠੀਕ ਹੈ, ਸਾਊਥ ਤੋਂ ਵੀ, ਹਮੇ ਪੰਜਾਬੀ ਸਮਝ ਨਹੀਂ ਆਉਂਦੀ, ਪਰ ਆਪਕੇ ਗਾਣੋਂ ਨੇ ਹਮੇ ਪੰਜਾਬੀ ਹਮ ਸਮਝਣੇ ਲੱਗੇ ਹੈ, ਔਰ ਇਤਨੀ ਅੱਛੀ ਲੱਗ ਗਈ ਹੈ, ਔਰ ਚਾਹੇ ਹਮੇ ਲਿਰਿਕਸ ਅਭੀ ਸਮਝ ਨਹੀਂ ਆਤੇ, ਬਟ ਹਮੇ ਇੰਜੋਏ ਹਮ ਇਤਨਾ ਕਰਤੇ ਹੈ ਉਸਕੋ ਸੁਣ ਕੇ, ਹਮੇ ਫੀਲਿੰਗਸ ਕਾ ਪਤਾ, ਕਿਉਂਕਿ ਹਮਾਰੇ ਅਸੀਂ ਜਿਹੜਾ ਮਿਊਜ਼ਿਕ ਬਣਾਉਂਦੇ ਹਾਂ ਜਾਂ ਉਹਦਾ ਲਿਰਿਕਸ ਹੁੰਦੇ ਆ, ਉਹ ਕੰਪੋਜੀਸ਼ਨ ਇੱਦਾਂ ਦੀ ਹੈ ਕਿ ਉਹ ਲੋਕ ਫੀਲ ਕਰਨਾ ਸਟਾਰਟ ਕਰਦੇ, ਅਤੇ ਫਿਰ ਉਹ ਵੀਡੀਓ ਉਹਨੂੰ ਇੱਦਾਂ ਦਿਖਾ ਦਿੰਦੀ ਹੈ ਕਿ ਉਹ ਲੋਕ ਆਪਣੇ ਨਾਲ ਰਿਲੇਟ ਕਰਦੇ ਨੇ। ਆਪਾਂ ਮਤਲਬ ਜਦੋਂ ਵੀ ਵੇਖਿਆ ਪੰਜਾਬੀ ਮਿਊਜ਼ਿਕ ਵਿੱਚ, ਆਪਾਂ ਵੇਖਿਆ ਮਤਲਬ ਪੰਜਾਬੀ ਪੀਪਲ ਆਰ ਮਤਲਬ ਲਾਈਵਲੀ, ਹੈ ਨਾ, ਲਾਊਡ ਟਾਈਪ ਕਾਇੰਡ ਆਫ, ਲੇਕਿਨ ਤੁਹਾਡੇ ਮਿਊਜ਼ਿਕ ਨੂੰ ਆਪਾਂ ਵੇਖਿਆ ਮਤਲਬ ਡੀਪ ਮਿਊਜ਼ਿਕ ਵੀ ਹੁੰਦਾ ਹੈ, ਮੀਨਿੰਗਫੁੱਲ ਵੀ ਹੁੰਦਾ ਹੈ, ਠੀਕ ਹੈ, ਅਤੇ ਉਸ ਤੋਂ ਬਾਅਦ ਜਦੋਂ ਉਸ ਤੋਂ ਬਾਅਦ ਵੀ ਅਗਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਿਤੇ ਕਿਤੇ ਰੀਜਨਲ ਕਿਹਾ ਜਾਂਦਾ, ਫਿਰ ਉਹਦੇ ਬਾਰੇ ਤੁਸੀਂ ਕੀ ਕਹੋਗੇ? ਸਰ, ਦੇਖੋ, ਪੰਜਾਬੀ ਇੰਡਸਟਰੀ ਰੀਜਨਲ, ਮੈਂ ਇਸ ਗੱਲ ਦਾ, ਮੈਂ ਤੁਹਾਨੂੰ ਇੰਨੀ ਗੱਲ ਕਹਾਂਗਾ ਕਿ ਜਿਹੜੀ ਪੰਜਾਬੀ ਇੰਡਸਟਰੀ ਇਸ ਟਾਈਮ ਗਰੋ ਕਰ ਰਹੀ ਹੈ, ਠੀਕ ਹੈ, ਉਹ ਮੇਰੇ ਹਿਸਾਬ ਨਾਲ ਤਾਂ ਹੁਣ ਇੱਦਾਂ ਜਿਹੜਾ ਤੁਸੀਂ ਕਹਿ ਰਹੇ ਹੋ ਉੱਦਾਂ ਰਹਿ ਨਹੀਂ ਗਈ ਹੈ, ਹੁਣ ਤਾਂ ਆਲ ਓਵਰ ਵਰਲਡ ਦੇ ਵਿੱਚ, ਚਾਹੇ ਤੁਸੀਂ ਵੱਡੇ ਤੋਂ ਵੱਡਾ ਕੋਈ ਵੀ ਸੈਲੀਬ੍ਰਿਟੀ ਹੈ, ਜਾਂ ਤੁਸੀਂ ਲਾ ਲਓ ਕਿ ਕੋਈ ਵੀ ਬਿਜ਼ਨਸਮੈਨ ਹੈ, ਉਹਨਾਂ ਨੇ ਆਪਣੇ ਕਿਤੇ ਵੀ ਫੰਕਸ਼ਨ ਹੋਣਾ ਹੈ ਜਾਂ ਕੁਛ ਵੀ ਹੋਣਾ, ਉਹਨਾਂ ਨੂੰ ਪੰਜਾਬੀ ਹੀ ਗਾਉਣ ਵਾਲਾ ਚਾਹੀਦਾ, ਠੀਕ ਹੈ, ਉੱਥੇ ਪੰਜਾਬੀ ਗਾਣੇ ਚਾਹੀਦੇ ਆ। ਤੁਸੀਂ ਜਿੰਨੀ ਮਰਜ਼ੀ ਵੱਡੀ ਪਾਰਟੀ ਹੋਏ ਸਰ, ਕਿੰਨੀ ਦੇਰ ਤੁਸੀਂ ਇੰਗਲਿਸ਼ ਗਾਣੇ ਉੱਥੇ ਸੁਣ ਲਓਗੇ, ਕਿੰਨੀ ਦੇਰ ਤੁਸੀਂ ਉੱਥੇ ਹਿੰਦੀ ਗਾਣੇ ਸੁਣ ਲਓਗੇ, ਜਦ ਤੱਕ ਉੱਥੇ ਪੰਜਾਬੀ ਗਾਣਾ ਨਹੀਂ ਚੱਲੇਗਾ, ਠੀਕ ਹੈ, ਉਹ ਤਦ ਤੱਕ ਕੋਈ ਵੀ ਪਾਰਟੀ ਜਿਹੜੀ ਸਪੈਸ਼ਲੀ ਇਨ ਇੰਡੀਆ, ਠੀਕ ਹੈ, ਔਰ ਸਪੈਸ਼ਲੀ ਇਨ ਇੰਡੀਅਨਸ, ਚਾਹੇ ਉਹ ਵਰਲਡ ਦੇ ਵਿੱਚ ਕਿਤੇ ਵੀ ਬੈਠੇ ਇੰਡੀਅਨਸ ਨੇ, ਜਦ ਤੱਕ ਪੰਜਾਬੀ ਗਾਣਾ ਨਹੀਂ ਚੱਲੇਗਾ, ਤਦ ਤੱਕ ਉਹਨਾਂ ਦੀ ਕੋਈ ਵੀ ਪਾਰਟੀ 'ਚ ਮਤਲਬ ਕਿ ਰੰਗ ਜੰਮਦਾ ਹੀ ਨਹੀਂ, ਹੈ ਨਾ। ਸੋ ਪੰਜਾਬੀ ਇੰਡਸਟਰੀ ਹੁਣ ਰੀਜਨਲ ਇੰਨੀ ਜ਼ਿਆਦਾ ਨਹੀਂ ਰਹਿ ਗਈ ਹੈ। ਐ ਤਾਂ ਤੁਸੀਂ ਗੱਲ ਬਿਲਕੁਲ ਸਹੀ ਕਿਵੇਂ, ਕਿਉਂਕਿ ਜਿਵੇਂ ਕਿ ਮੈਂ ਵੀ ਵੇਖਿਆ, ਮੈਂ ਵੀ ਪਾਰਟੀਜ਼ ਅਟੈਂਡ ਕੀਤੀ ਔਰ ਲੈਟਡ ਵੀ ਮੁੰਬਈ ਔਰ ਦਿੱਲੀ, ਮਤਲਬ ਹਾਂਜੀ, ਉੱਥੇ ਨਾ ਮਤਲਬ 11-12 ਵਜੇ ਤੱਕ ਜਦੋਂ ਤੱਕ ਇੰਗਲਿਸ਼ ਹਿੰਦੀ ਚੱਲਦੇ ਨੇ ਤਦ ਤੱਕ ਤਾਂ ਪਾਰਟੀ ਦਾ ਟੈਂਪੋ ਇੱਕ ਲੋ ਹੀ ਰਹਿੰਦਾ, ਲੇਕਿਨ ਜਦੋਂ 12 ਵਜੇ ਤੋਂ ਬਾਅਦ ਜਦੋਂ ਰਾਤੀ, ਹਾਂ, ਜਦੋਂ ਪੰਜਾਬੀ ਸੌਂਗ ਸ਼ੁਰੂ ਹੁੰਦੇ ਨੇ, ਮਤਲਬ ਟੈਂਪੋ ਇੱਕਦਮ ਰਾਈਜ਼ ਹੋ ਜਾਂਦਾ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੁਹਾਡੇ ਕਰੀਅਰ ਦੀ, ਤੁਹਾਡੇ ਕਰੀਅਰ ਦੇ ਬਾਰੇ ਤੁਸੀਂ ਕੀ ਕਹੋਗੇ, ਕਿਵੇਂ ਤੁਸੀਂ ਤੁਹਾਡਾ ਸਟਰਗਲ ਪੀਰੀਅਡ ਕੀ ਸੀਗਾ? ਥੋੜ੍ਹਾ ਮੈਂ ਅੰਦਰ ਵੀ ਦੱਸ ਕੇ ਆਇਆ ਹੁੰਦਾ ਕਿ ਸਟਰਗਲ ਹਰ ਬੰਦੇ ਲਈ ਬਹੁਤ ਜ਼ਰੂਰੀ ਹੈ, ਔਰ ਹੁੰਦਾ ਵੀ ਹੈ, ਔਰ 2 ਮਹੀਨੇ 'ਚ ਸਕਸੈਸ ਨਹੀਂ ਮਿਲਦੀ, ਔਰ ਜਿਹੜੀ ਉਹ ਜੇ ਮਿਲ ਜਾਂਦੀ ਹੈ ਤਾਂ ਫਿਰ ਉਹ ਉੱਤਰ ਵੀ ਬਹੁਤ ਜਲਦੀ ਜਾਂਦੀ ਹੈ। ਸੋ ਇਹ ਬਹੁਤ ਲੌਂਗ ਜਰਨੀ ਹੈ, ਬਟ ਤੁਸੀਂ ਆਪਣੇ ਅੰਦਰ ਬਿਲੀਵ ਰੱਖੋ, ਚੰਗੀਆਂ ਚੀਜ਼ਾਂ ਕਰੋ, ਤੁਹਾਡਾ ਕੰਟੈਂਟ ਦੇ ਵਿੱਚ ਦਮ ਹੋਣਾ ਚਾਹੀਦਾ, ਔਰ ਐਕਸੈਪਟ ਕਰ, ਤੁਹਾਨੂੰ ਆਉਣਾ ਚਾਹੀਦਾ ਐਕਸੈਪਟ ਕਰਨਾ ਆਪਣੇ ਆਪ ਨੂੰ ਕਿ ਨਹੀਂ, ਇਹ ਚੀਜ਼ ਜੇ ਨਹੀਂ ਵਧੀਆ ਤਾਂ ਮਤਲਬ ਕਿ ਨਹੀਂ ਵਧੀਆ। ਜਦ ਤੱਕ ਗਾਣਾ ਤੁਹਾਡੇ ਕੋਲ ਹੈਗਾ, ਮੈਂ ਇਹ ਗੱਲ ਸਾਰੇ ਮਿਊਜ਼ਿਕ ਡਾਇਰੈਕਟਰਸ ਨੂੰ, ਸਾਰੇ ਰਾਈਟਰਸ ਨੂੰ ਕਹਿਣਾ ਚਾਹਾਂਗਾ, ਇੰਕਲੂਡਿੰਗ ਸਿੰਗਰਸ ਆਲਸੋ, ਜਿਹੜੇ ਨਵੇਂ ਜਿਨ੍ਹਾਂ ਨੇ ਹੁਣ ਆਉਣਾ ਜਾਂ ਜਿਹੜੇ ਨਵੇਂ ਕੰਮ ਕਰ ਰਹੇ ਹਾਂ, ਕਿ ਜਦ ਤੱਕ ਗਾਣਾ ਤੁਹਾਡੇ ਕੋਲ ਹੈ ਉਹਨੂੰ ਜੋ ਮਰਜ਼ੀ ਕਰ ਲਓ, ਉਹਨੂੰ ਤੋੜ ਲਓ, ਮਰੋੜ ਲਓ, ਐਨੀਥਿੰਗ ਯੂ ਕੈਨ ਡੂ, ਬਟ ਜਿਸ ਦਿਨ ਉਹ ਗਾਣਾ ਬਾਹਰ ਆ ਗਿਆ ਉਹ ਤੁਹਾਡਾ ਨਹੀਂ ਰਹਿਣਾ, ਫਿਰ ਉਹ ਪਬਲਿਕ ਦਾ, ਫਿਰ ਉਹ ਪਬਲਿਕ ਕਰੇਗੀ ਉਹਦਾ ਜੋ ਕਰੇਗੀ। ਸੋ ਤੁਸੀਂ ਉਹਨੂੰ ਪਹਿਲਾਂ ਹੀ ਇੰਨੇ ਵਧੀਆ ਤਰੀਕੇ ਨਾਲ, ਤੁਹਾਡੀ ਪ੍ਰੈਜੈਂਟੇਸ਼ਨ ਐਸੀ ਹੋਣੀ ਚਾਹੀਦੀ ਹੈ ਕਿ ਉਹ ਕੰਮ ਨੂੰ, ਉਹਦੀ ਲਾਈਫ ਹੋਣੀ ਚਾਹੀਦੀ ਹੈ,
बहुत ज़्यादा लाइफ होनी चाहिए है और मेलोडी की लाइफ बहुत ज़्यादा होती है हमेशा, तो इस करके असी मेलोडी बहुत ज़्यादा करते हैं सैड रोमेंटिक। तो प्राक न्यू कमर जड़े ने फ्रैशर्स जड़े ने उन्होंने कोई यहोजा पॉइंट कोई पॉइंट जो उन्होंने सक्सैस लिए हेल्प करे? सर सक्सैस लिए हेल्प मेहनत नहीं करनी है, तुम मेहनत करोगे दिल न मेहनत करोगे तो तुम्हें सक्सैस मिलेगी। मैसेज कोई डायरेक्शन? सर डायरेक्शन यही तो मैं तुम दसते रहा, मेहनत सब कुछ है, थोड़ी मेहनत जी है डायरेक्शन उन्हें दिखाने देख। जे तुम अपनी मेहनत कर रहे हो ना तो थोड़े लिए राह अपने आप बनी जाने ने, और जो चंगा कॉन्टेंट है चंगे थोड़े अंदर दम हैगा थोड़े कॉन्टेंट थोड़े काम के अंदर तो काम बोलेगा, तुम्हें बोलने की जरूरत नहीं पैनी है। तो भाजी आप वेख्या भी आप काफ़ी काम करते हैं लेकिन कुछ कुछ चीज़ा आदि मतलब असं भुला नहीं सकते उन्होंने है ना, तो तुम भी काफ़ी गाने किए हुए हैं तो कहड़ा यहोजा गाना है जो मतलब भुला नहीं सकते ज दैट वॉज अ बिग स्पेशल फॉर यू? सर मैं ये नहीं कह सकता कि मेरे लिए एक मैं साड़ी तो हर गाने के नाल जर्नी जुड़ी होंगी है हर गाने के नाल, लेकिन कोई तो फेवरेट गाना होना बस वो आप चाहते हैं कि कोई भी किसी भी म्यूजिक डायरैक्टर सिंगर न या राइटर नू तुसी पुछोगे भी उन्हां दा फेवरेट गाना कौन है वो कभी नहीं दस पाएंगे, क्योंकि एवरी सोंग अपनी अपनी हर सोंग की अपनी एक स्टोरी हैगी है, वो हर राइटर का हर म्यूजिक डायरैक्टर का सिंगर का एक फेवरेट सोंग होंदा, सो उन्हां दे सारे ही अपने फेवरेट। जिहड़ा तुहाडा लेटेस्ट कोई ट्रैक होवे वो तो साडे दर्शकां लई दो लाइनां तुसी जे गा के सुना सको तो? सर हाथ चुम्मे आया हुण तो उ मैं सुना, वो एक गल ते दस मैनू जो जहन च है मेरे, उन्हें मत्था चुमया पहला हथ चुमे तेरे। क्या बात है पराग साहब क्या बात है। तो ऐसी बी पराग जेडे कि म्यूजिक डायरेक्टर ने सिंगर भी ने ते एक वर्सटाइल एक्टर भी ने एक काफ़ी वर्सटाइल परसनैलिटी है, तो हूँ इन्होंने अपने नवा जो लेटेस्ट जो ट्रैक है हथ चुमे उन्होंने भी दो लाइना गा के सुनाइया ने। कैमरामैन दीपक दे नाल अनमोल सिंगलाटी दैनिक सवेरा चंडीगढ़।